गुरु सिद्धि सन्मुख हुवन होवत सन्मुख सिख कोई जियो रह गुर नाले गुर के चरण हृदय ते आए अंतर आत्मा संभाले आप छड सदा रह परण गुर बिन अवर न जान कोई कह नानक सुनो संत सो सिख सन्मुख हो आप छड सदा रह परण गुर बिन अवर न जान कोई कह नानक सुनो संत सो सिख सन्मुख हो। बख्शिशां दे दाते सतगुरु जी खंडा ब्रह्मंडा दे मालिक साहिब सतगुरु श्री गुरु ग्रंथ साहिब जी महाराज जी की पावन हजूरी अंदर सभाई मान गुरु दुलारी गुरु स्वरूप गुरु संगत जीओ सतगुरां दी बख्शी हुई पावन गुरु फतेह जी सांझ करिए सिसां देणियां जी वाहिगुरु जी का खालसा वाहिगुरु जी की फतेह। सतगुरु जी ने सानू जो खजाना दिता है इनू जितना समझांगे उतनी वैल्यू समझाएगी, जितनी वैल्यू समझाएगी उतनी इहदी कदर होगी। मनुख की जिंदगी का एक बड़ा कीमती पक्ष है कि यह अंदरों रब नाल कितना जुड़िया हुआ है, यह अंदरों रब्बी भय विच उहदे डर दे अहसास विच कितना जीउंदा है। मनुख अपने अंदरों वाहिगुरु जी दे प्यार नूं कितना इंजॉय करदा है ते दूसरां लई कितना जीउंदा है, इन्हूं कहिंदे ने धर्म। धर्म प्रति जो सोच सतगुरु जी तो पहला चलती सी, चाहे योग मत सी चाहे वह सन्यासी मत सी चाहे वह दूसरा तीसरा चौथा जितने भी मत सन, गुरमत नालों उन्हां दा एक वखरापन सी। वह सोचते सी जो रब नाल जुड़ना होवे ते साडे कोल कोई नहीं चाहिदा, कल्ले होईए, साडे सामने कोई नहीं दिसना चाहिदा, अखां बंद करके हनेरे कमरे विच बैठ के जिन्हों भोरे कह दिता जाता, पहाड़ा दी कंदरां कह दित्तियां जांदियां, तां रब दी याद विच जुड़ के इंजॉय करन दा यतन कीता गया। पर की देखिया जिहड़ा अखां बंद करके इहदा अभ्यास करदा ते जदों जिंदगी दीआं ते परिवार दीआं जिम्मेवारियां निभाउणियां हुंदियां उहदे ते अखां खोलणियां पैंदियां, अखां बंद करके ट्रक नहीं चल सकता, अखां बंद करके टैक्सी नहीं चल सकती, अखां बंद करके घरों बेटी नूं छड के आउणा है लैके आउणा है घर दे कम करने ने नहीं हुंदे। तां फिर मनुख नूं लगदा सी मेरा आनंद खराब हो रहा है ते इह मेरे राह विच अड़िका है, किसे ने परिवार छड्डिया किसे ने राज भाग छड्डिया पहाड़ां ते चले। ਤਾਂ ਸਤਿਗੁਰ ਕੀ ਦੇਖਿਆ ਕਿ ਇਹ ਧਰਮ 'ਤੇ ਕਮਾ ਰਹੇ ਨੇ, ਬੰਦਗੀ 'ਤੇ ਕਰ ਰਹੇ ਨੇ, ਪਰ ਇਹਨਾਂ ਦੀ ਬੰਦਗੀ ਦਾ ਲੋਕਾਂ ਨੂੰ ਕੀ ਫਾਇਦਾ ਹੋਇਆ, ਸਮਾਜ ਨੂੰ ਕੀ ਫਾਇਦਾ ਹੋਇਆ। ਜਦੋਂ ਸਤਿਗੁਰ ਜੋਗੀਆਂ ਨੂੰ ਇਹ ਗੱਲ ਪੁੱਛੀ ਤਾਂ ਜੋਗੀ ਕਹਿਣ ਲੱਗੇ ਅਸੀਂ ਇਹਨਾਂ ਲੋਕਾਂ ਤੋਂ ਲੈਣਾ ਕੀ ਹੈ, ਸਤਿਗੁਰ ਕਹਿਣ ਲੱਗੇ ਹੱਦ ਹੋ ਗਈ, ਇਹਨਾਂ ਦੇ ਘਰਾਂ 'ਚ ਹੀ ਮੰਗਣ ਜਾਂਦੇ ਹੋ, ਆਖੋ ਮੰਗਣ ਵੀ ਇੱਥੇ ਜਾਂਦੇ ਹੋ, ਕੱਪੜਾ ਤਾਂ ਤੁਹਾਨੂੰ ਇਹਨਾਂ ਘਰਾਂ 'ਚ ਮਿਲਦਾ, ਪੈਸਾ ਤਾਂ ਤੁਹਾਨੂੰ ਇਹਨਾਂ ਘਰਾਂ 'ਚ ਮਿਲਦਾ,
ਤੇ ਮਨੁੱਖ ਦੀ ਇੱਕ ਫਿਤਰਤ ਹੈ ਕਿ ਮਨੁੱਖ ਜਦੋਂ ਦੂਸਰੇ ਦੇ ਜੀਵਨ ਵਿੱਚੋਂ ਧਰਮ ਦੇਖਦਾ ਹੈ ਨਾ ਤੇ ਆਪਣੇ ਸੁਭਾਅ ਅਨੁਸਾਰ ਦੇਖਦਾ ਹੈ। ਨੋਟ ਕਰਨਾ, ਜਿਵੇਂ ਜੇ ਕੋਈ ਧਰਮ ਕਮਾ ਰਿਹਾ ਹੁੰਦਾ ਉਹਨੂੰ ਲੱਗਦਾ ਜੇ ਏਦਾਂ ਨਹੀਂ ਕਮਾ ਰਿਹਾ ਤੇ ਧਰਮੀ ਨਹੀਂ ਹੈ। ਮੈਂ ਇਹ ਬਾਤ ਕੋਈ ਇੱਧਰੋਂ ਉੱਧਰੋਂ ਪੜ੍ਹ ਸੁਣ ਕੇ ਨਹੀਂ ਕਹਿ ਰਿਹਾ, ਆਪ ਜੀ ਦਾ ਧਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੱਲ ਜਾਣਾ ਚਾਹਾਂਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਦੋ ਸ਼ਲੋਕ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ, ਉਹਨਾਂ ਦੋ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਨੇ ਕਿਸੇ ਹੋਰ ਦੋ ਭਗਤਾਂ ਦਾ ਜ਼ਿਕਰ ਕੀਤਾ ਹੈ। ਇੱਕ ਭਗਤ ਬੰਗਾਲ ਦੇ ਰਹਿਣ ਵਾਲੇ, ਦੂਸਰੇ ਮਹਾਰਾਸ਼ਟਰਾ ਦੇ ਰਹਿਣ ਵਾਲੇ। ਕਲਚਰ ਫਰਕ ਹੈ ਸਾਡੇ 'ਚ, ਜਿਹੜੇ ਤਾਂ ਪੰਜਾਬ 'ਚ ਰਹੇ ਅਤੇ ਪੰਜਾਬ ਤੋਂ ਉੱਠ ਕੇ ਇੱਥੇ ਆ ਗਏ ਅਤੇ ਸ਼ਾਇਦ ਉਹਨਾਂ ਨੂੰ ਇੰਡੀਆ ਦੇ ਦੂਸਰੇ ਸਟੇਟਸ ਦਾ ਜਿਹੜਾ ਐਕਸਪੀਰੀਅੰਸ ਨਾ ਹੋਇਆ ਹੋਵੇ। ਜਿਹੜੇ ਦੂਸਰੇ ਸਟੇਟਸ ਰਹੇ ਨੇ, ਵੀਰ ਜੀ ਬੈਠੇ ਨੇ ਗੁਜਰਾਤ ਰਹੇ ਨੇ, ਪਿੱਛੇ ਗੁਰਮੁਖ ਪਿਆਰੇ ਬੰਬੇ ਰਹੇ ਨੇ, ਤਾਂ ਜਿਹੜੇ ਵੱਖ ਵੱਖ ਸਟੇਟ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਪੰਜਾਬ ਦੇ ਲੋਕਾਂ ਦਾ ਕਲਚਰ, ਉਹਨਾਂ ਦੀ ਸੋਚ ਹੋਰ ਹੈ, ਗੁਜਰਾਤੀਆਂ ਦੀ ਸੋਚ ਹੋਰ ਹੈ, ਮਹਾਰਾਸ਼ਟਰੀਆਂ ਦੀ ਸੋਚ ਹੋਰ ਹੈ। ਇੱਕ ਬੰਗਾਲ ਦੇ ਕਲਚਰ ਦੇ ਰਹਿਣ ਵਾਲੇ ਅਤੇ ਇੱਕ ਮਹਾਰਾਸ਼ਟਰਾ ਦੇ ਕਲਚਰ ਦੇ ਰਹਿਣ ਵਾਲੇ। ਹੁਣ ਜਿਹੜੇ ਬੰਗਾਲ ਵਿੱਚ ਰਹਿਣ ਵਾਲੇ ਉਹਨਾਂ ਦਾ ਨਾਮ ਭਗਤ ਨਾਮਦੇਵ, ਇਹਨਾਂ ਬਾਰੇ ਲੋਕਾਂ ਨੇ ਗੱਲਾਂ ਕੀਤੀਆਂ। ਜਿਹੜੀ ਗੱਲ ਲੋਕਾਂ ਨੂੰ ਚੰਗੀ ਲੱਗੇ ਨਾ ਉਹ ਅੱਗੇ ਸ਼ੇਅਰ ਕਰਦੇ ਨੇ, ਅਤੇ ਜਦੋਂ ਸ਼ੇਅਰ ਕਰਦੇ ਨੇ ਕਿਸੇ ਨੂੰ ਚੰਗਾ ਲੱਗੇ ਤਾਂ ਉਹ ਸੋਚਦਾ ਵੀ ਮਨਾ ਆਪਾਂ ਵੀ ਜਾ ਕੇ ਦੇਖੀਏ। ਅੱਜ ਤਾਂ ਅਸੀਂ ਬਹੁਤਾ ਉਲਝ ਗਏ ਹਾਂ, ਅੱਜ ਤਾਂ ਬੱਚਿਆਂ ਲਈ ਕੁਛ ਕਰਨ ਨੂੰ ਸਾਡੇ ਕੋਲ ਚੇਤਾ ਨਹੀਂ ਰਹਿੰਦਾ। ਉਹਨਾਂ ਜ਼ਮਾਨਿਆਂ 'ਚ ਲੋਕ ਇਹੋ ਜਿਹੀ ਚੀਜ਼ ਨੂੰ ਦੂਰ ਜਾ ਕੇ ਦੇਖਦੇ, ਕਿੱਥੇ ਬੰਗਾਲ ਅਤੇ ਕਿੱਥੇ ਮਹਾਰਾਸ਼ਟਰ। ਉੱਥੋਂ ਚੱਲ ਕੇ ਤੁਰਨ ਵਾਲੇ ਉਹ ਵੀ ਭਗਤ, ਜਿਨ੍ਹਾਂ ਦਾ ਨਾਮ ਭਗਤ ਤਰਲੋਚਨ। ਪਰ ਭਗਤ ਤਰਲੋਚਨ ਜੀ ਦਾ ਵਿਸ਼ਵਾਸ ਇਹ ਸੀ ਕਿ ਭਗਤੀ ਕਰਨ ਵਾਸਤੇ ਕੋਲ ਕੋਈ ਨਹੀਂ ਹੋਣਾ ਚਾਹੀਦਾ, ਇਕੱਲੇ ਹੋਣਾ ਚਾਹੀਦਾ। ਅੱਖਾਂ ਬੰਦ ਹੋਣੀਆਂ ਚਾਹੀਦੀਆਂ ਜੇ ਕੋਈ ਕੰਮ ਕਾਰ ਕਰ ਰਿਹਾ ਤਾਂ ਬੰਦਾ ਨਹੀਂ ਹੈ, ਧਰਮੀ ਨਹੀਂ ਹੈ। ਚਲੋ ਦੇਖੀਏ ਵੀ ਭਗਤ ਨਾਮਦੇਵ ਜੀ ਬਾਰੇ ਸੁਣਿਆ ਕੀ ਕਰਦੇ ਨੇ, ਜਾ ਕੇ ਦੇਖੀਏ ਤਾਂ ਸਹੀ ਕਿਹੋ ਜਿਹੇ ਭਗਤ ਨੇ। ਇੱਥੇ ਮੈਂ ਬੇਨਤੀ ਕਰਦਾ, ਮੈਂ ਜਿਹੜਾ ਬੰਦਾ ਆਪਣੇ ਸੁਭਾਅ 'ਚੋਂ ਦੇਖਦਾ ਨਾ, ਕਈ ਵਾਰੀ ਸਿੱਖ ਨੂੰ ਵੀ ਸਿੱਖ ਹੀ ਨਹੀਂ ਸਮਝਦਾ, ਅੰਡਰਐਸਟੀਮੇਟ ਕਰ ਜਾਂਦਾ। ਉਹਨੂੰ ਲੱਗਦਾ ਕਿ ਜਿਵੇਂ ਜੇ ਮੈਂ ਨਿਤਨੇਮ ਕਰ ਰਿਹਾ ਉਵੇਂ ਇਹ ਨਹੀਂ ਕਰਦਾ ਤਾਂ ਸਿੱਖ ਹੀ ਨਹੀਂ ਹੈ। ਇਹ ਸਾਈਕੋਲੋਜੀਕਲੀ ਵੀਕਨੈਸ ਆਦਿ ਕਾਲ ਤੋਂ ਚੱਲੀ ਆ ਰਹੀ ਹੈ, ਅੱਜ ਵੀ ਹੈ, ਆਉਣ ਵਾਲੇ ਸਮੇਂ 'ਚ ਰਹੇਗੀ। ਭਗਤ ਤਰਲੋਚਨ ਜੀ ਦੇ ਮਨ ਵਿੱਚ ਆਇਆ ਵੀ ਇੱਦਾਂ ਕਰੀਏ, ਕਿਉਂਕਿ ਇਹਨਾਂ ਬਾਰੇ ਸੁਣਿਆ ਹੈ, ਅੱਖੀਂ ਦੇਖੀਏ ਔਰ ਵਾਚ ਆਊਟ ਕਰੀਏ ਕਰਦੇ ਕੀ ਹੈ। ਉਹਨੇ ਕੀ ਦੇਖਿਆ, ਭਗਤ ਨਾਮਦੇਵ ਜੀ ਸਵੇਰੇ ਉੱਠਦੇ ਨੇ, ਲੋਕਾਂ ਦੇ ਘਰਾਂ ਵਿੱਚ ਜਾ ਕੇ ਕੱਪੜੇ ਲੈ ਕੇ ਆਉਂਦੇ ਨੇ, ਮੋਟੇ ਕੱਪੜੇ, ਖੇਸ, ਦਰੀਆਂ, ਕੰਬਲ। ਉਹਨੂੰ ਬਾਹਰ ਨਦੀ ਦੇ ਕਿਨਾਰੇ ਧੋ ਲਿਆਉਂਦੇ ਨੇ, ਫਿਰ ਉਹਨਾਂ ਨੂੰ ਰੰਗਦੇ ਨੇ, ਸੁਕਾਉਂਦੇ ਨੇ। ਸਾਰਾ ਦਿਨ ਨਿਕਲ ਜਾਂਦਾ ਖੋਆ, ਸ਼ਾਮ ਨੂੰ ਵਾਪਸ ਦੇਣ ਆਉਂਦੇ ਨੇ। ਭਗਤ ਤਰਲੋਚਨ ਜੀ ਸੋਚਦੇ ਨੇ, ਮੈਂ ਤਾਂ ਸੁਣਿਆ ਸੀ ਇਹ ਭਗਤ ਹੈ, ਭਗਤੀ ਕਰਦੇ ਹੋਣਗੇ, ਇਹਨਾਂ ਕੋਲ ਤਾਂ ਇੱਕ ਮਿੰਟ ਦੀ ਬੇਰ ਨਹੀਂ, ਇੱਕ ਭਗਤ ਕਦੇ ਹੋਈ। ਮਨ ਵਿੱਚ ਖਿਆਲ ਆਇਆ ਗੱਲ ਨਾ ਕਰਕੇ ਦੇਖੀਏ, ਜੋ ਗੱਲ ਕੀਤੀ ਉਹ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ। ਮੈਂ ਬੇਨਤੀ ਕਰਾਂ ਹਰ ਸਿੱਖ ਆਪ ਸਹਿਜ ਪਾਠ ਕਰੇ ਔਰ ਅਰਥਾਂ ਸਮੇਤ ਸਹਿਜ ਪਾਠ ਕਰੇ, ਨਹੀਂ ਤਾਂ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਸਾਨੂੰ ਪਤਾ ਨਹੀਂ ਲੱਗਣਗੇ ਅਤੇ ਅਸੀਂ ਜਿਵੇਂ ਸਾਨੂੰ ਸੁਣਿਆ ਸੁਣਾਇਆ ਕਿਸੇ ਨੇ ਸਿਖਾਤਾ ਅਸੀਂ ਉਲਝ ਜਾਵਾਂਗੇ, ਉੱਥੇ ਹੀ ਰਹਿ ਜਾਵਾਂਗੇ। ਅਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਪੜ੍ਹਾਂਗੇ ਸਾਨੂੰ ਪਤਾ ਲੱਗੇਗਾ ਜੋ ਮੈਨੂੰ ਸਿਖਾਇਆ ਉਹ ਹੋਰ ਹੈ, ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਰ ਹੈ। ਫਿਰ ਇਹਨੂੰ ਕਹਿੰਦੇ ਨੇ ਗੁਰੂ ਭਰਮ ਤੋੜ ਦਿੰਦੇ ਨੇ ਅਖੋਆ। ਤਾਂ ਉਹ ਜਿਹੜੀ ਵਾਰਤਾਲਾਪ ਲਿਖੀ ਹੈ, ਦੋਨਾਂ ਭਗਤਾਂ ਦੀ ਆਪਸ ਵਿੱਚ ਮੀਟਿੰਗ ਲਿਖੀ ਹੈ, ਕੀ ਗੱਲਬਾਤ ਹੋਈ ਹੈ, ਉਹਨੂੰ ਭਗਤ ਕਬੀਰ ਜੀ ਨੇ ਲਿਖਿਆ। ਉਹ ਕਹਿੰਦੇ ਭਗਤ ਤਰਲੋਚਨ ਜੀ ਜਾ ਕੇ ਕਹਿਣ ਲੱਗੇ, ਨਾਮਾ ਮਾਇਆ ਮੋਹਿਆ, ਤੂੰ ਤੇ ਮਾਇਆ ਵਿੱਚ ਮੋਹਿਆ ਹੋਇਆ।
ਬਈ ਮੈਂ ਦੇਖਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਤੇ ਲੋਕਾਂ ਦੇ ਕੱਪੜੇ ਲਿਆਉਣੇ, ਕੱਪੜੇ ਧੋਣੇ, ਤੇਰੇ ਕੋਲ ਤੇ ਕੰਮ ਹੀ ਕੋਈ ਨਹੀਂ ਤੇ ਸ਼ਾਮ ਹੋ ਜਾਂਦੀ ਹੈ, ਪੈ ਜਾਣਾ, ਤੂੰ ਭਗਤੀ ਕਿਹੜੇ ਵੇਲੇ ਕਰਦਾ? ਨਾਮਾ ਮਾਇਆ ਮੋਹਿਆ ਰਾਮ ਨਾ ਲਾਵੋ ਚੀਤ, ਕਾਹੇ ਛਿਪੋ ਸ਼ਾਇਦ ਹੈ। ਤੂੰ ਹਰ ਵੇਲੇ ਕੱਪੜੇ ਰੰਗਦਾ ਫਿਰਦਾ, ਭਗਤੀ ਕਿਹੜੇ ਵੇਲੇ ਕਰਦਾ? ਭਗਤ ਨਾਮਦੇਵ ਜੀ ਕਹਿਣ ਲੱਗੇ, ਤਰਲੋਚਨ ਜੀ ਤੁਸੀਂ ਭਗਤੀ ਕਿਵੇਂ ਕਹਿੰਦੇ ਹੋ? ਕਹਿੰਦੇ ਭਗਤੀ ਵਾਸਤੇ ਤਾਂ ਕੋਲ ਕੋਈ ਨਹੀਂ ਹੋਣਾ ਚਾਹੀਦਾ। ਕਹਿੰਦੇ ਅੱਛਾ। ਕਹਿੰਦੇ ਪਿਆਰਿਆ ਮੇਰਾ ਤਰੀਕਾ ਤੇ ਆਪਣਾ ਹੀ ਹੈ, ਤੇਰਾ ਤੈਨੂੰ ਮੁਬਾਰਕ ਤੇ ਮੇਰਾ ਮੈਨੂੰ ਮੁਬਾਰਕ, ਜੇ ਸੁਣਨਾ ਤਾਂ ਤੂੰ ਸੁਣ ਲੈ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕੰਮ ਸਭ ਚੀਤ ਨਿਰੰਜਨ ਨਾਲ। ਤੇ ਜਿਹੜਾ ਬੰਦਾ ਭੋਰਿਆਂ 'ਚ ਬੈਠ ਕੇ ਭਗਤੀ ਕਰਦਾ ਨਾ, ਉਹ ਕਹਿੰਦਾ ਟਰੱਕ ਚਲਾਉਣ ਵਾਲਾ ਭਗਤੀ ਨਹੀਂ ਕਰ ਸਕਦਾ। ਫਿਰ ਸੌਖਾ ਜਿਹਾ ਤਰੀਕਾ ਲੱਭ ਲਿਆ ਟਰੱਕ ਚਲਾਉਣ ਵਾਲੇ, ਤੁਸੀਂ ਟਰੱਕ ਚਲਾਉਂਦੇ ਰਹੋ ਅਤੇ ਪੈਸੇ ਭੇਟਾ ਸਾਨੂੰ ਦਿੰਦੇ ਰਹੋ, ਭਗਤੀ ਤੁਹਾਡੇ ਕੋਲ ਪਹੁੰਚ ਜਾਏਗੀ। ਅਤੇ ਪਹੁੰਚਦੀ ਤਾਂ ਦਿਸੀ ਦੀਆਂ ਉਹ ਆ ਗਈਆਂ, ਜੋ ਕੁਛ ਅੱਜ ਸਮਾਜ 'ਚ ਹੋ ਰਿਹਾ, ਜੋ ਕੁਛ ਘਰਾਂ 'ਚ ਹੋ ਰਿਹਾ, ਜਿਵੇਂ ਬੱਚੇ ਸਾਡੇ ਆਗਿਆਕਾਰ ਸਾਡੇ ਹੱਥੋਂ ਨਿਕਲਦੇ ਜਾ ਰਹੇ ਨੇ, ਅਤੇ ਪਹੁੰਚਿਆ ਪਹੁੰਚਿਆ ਕੁਛ ਨਹੀਂ, ਐਵੇਂ ਭੁਲੇਖੇ 'ਚ ਹੀ ਰਹਿ ਗਿਆ ਕੰਮ। ਤਾਂ ਭਗਤ ਤਲੋਚਨ ਜੀ ਇਤਨੀ ਕੁ ਗੱਲ ਸੁਣ ਕੇ ਬੜੇ ਪ੍ਰਭਾਵਿਤ ਹੋਏ, ਕਹਿਣ ਲੱਗੇ ਇਹ ਗੱਲ ਤਾਂ ਬੜੀ ਚੰਗੀ ਲੱਗਦੀ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹ ਕੀ ਹੁੰਦਾ ਹੈ ਚੀਤ ਨਿਰੰਜਨ ਨਾਲ? ਕੀ ਹੁੰਦਾ? ਭਗਤ ਨਾਮਦੇਵ ਜੀ ਕਹਿੰਦੇ ਪਿਆਰਿਆਂ ਚੀਤ ਹੁੰਦਾ ਚੇਤਾ ਸ਼ਕਤੀ ਸਾਡੇ ਅੰਦਰ ਯਾਦਾਸ਼ਤ। ਇਹ ਜਦੋਂ ਯਾਦਾਸ਼ਤ ਸੌਂ ਜਾਵੇ ਨਾ, ਮੈਂ ਪਰਸੋਂ ਰਾਤ ਦੀ ਬੇਨਤੀ, ਰਾਤ ਦੀ ਕਥਾ ਵਿੱਚ ਬੇਨਤੀ ਕੀਤੀ ਸੀ, ਬਾਹਰ ਨਿਕਲਾਂਗੇ ਨਾ ਸਾਰਾ ਰੈਕ ਸ਼ੂ ਰੈਕ ਭਰਿਆ ਪਿਆ ਹੈ, ਔਰ ਇੱਕ ਇੱਕ ਰੈਕ ਦੇ ਵਿੱਚ 100 ਦੇ ਕਰੀਬ ਬਾਕਸ ਨੇ ਜਿੱਥੇ ਜੁੱਤੀ ਰੱਖ ਕੇ ਆਏ ਹਾਂ। ਪਰ ਜਦੋਂ ਬਾਹਰ ਨਿਕਲਾਂਗੇ ਨਾ, ਯਾਦ ਸ਼ਕਤੀ 'ਚ ਪਤਾ ਹੈ ਮੇਰੀ ਜੁੱਤੀ ਕਿੱਥੇ ਜੀ ਪਈ ਹੈ। ਅਤੇ ਜੇ ਤਾਂ ਯਾਦ ਸ਼ਕਤੀ ਹੋਈ, ਜਾਗੀ ਹੋਈ, ਫਿਰ ਇਹ ਵੀ ਪਤਾ ਕਿ ਜੁੱਤੀ ਦਿੱਤੀ ਕਿਹਨੇ ਆ? ਕੋ ਵਾਹਿਗੁਰੂ ਜੀ ਨੇ ਦਿੱਤੀ ਹੈ। ਅਤੇ ਜੇ ਸਾਡੀ ਚੇਤਾ ਸ਼ਕਤੀ ਹੋਈ ਸੁੱਤੀ ਹੋਈ, ਫਿਰ ਜੁੱਤੀ ਚੇਤੇ ਆ ਜਾਏਗੀ, ਜੁੱਤੀ ਪਾ ਵੀ ਨਹੀਂ ਜਾਏਗੀ। ਜਿਸ ਵਾਹਿਗੁਰੂ ਨੇ ਦਿੱਤਾ ਉਹ ਭੁੱਲ ਜਾਏਗਾ। ਕੋ ਵਾਹਿਗੁਰੂ ਸੁਖਮਨੀ ਸਾਹਿਬ ਜੀ ਦੀ ਪੰਕਤੀ, ਸਾਵਧਾਨ ਇਕਾਗਰ ਚੀਤ, ਚੇਤਾ ਸ਼ਕਤੀ ਨੂੰ ਜਗਾ। ਭਗਤ ਤਲੋਚਨ ਜੀ ਕਹਿਣ ਲੱਗੇ ਤਰੀਕਾ ਤਾਂ ਦੱਸ ਦਿਓ। ਕਹਿੰਦੇ ਸੁਣ ਪਿਆਰਿਆ, ਜਦੋਂ ਉੱਠਦਾ ਮੇਰੇ ਉੱਠਦਿਆਂ ਚੇਤਾ ਆਉਂਦਾ ਹੈ ਕਿ ਆ ਸਾਰਿਆਂ ਅੰਦਰ ਰੱਬ ਦੀ ਜੋਤ ਹੈ, ਇਹਨਾਂ ਦੇ ਵਿਚਾਰਿਆਂ ਦੇ ਕੱਪੜੇ ਧੋਣ ਵਾਲੇ ਪਏ ਨੇ। ਆਖੋ ਵਾਹਿਗੁਰੂ, ਮੈਂ ਇਸ ਅਹਿਸਾਸ ਵਿੱਚ ਕਿ ਰੱਬ ਦੇ ਬਣਾਏ ਬੰਦਿਆਂ ਦੀ ਸੇਵਾ ਵਿੱਚ ਚੱਲਦਾ, ਅਤੇ ਇੱਥੇ ਮੈਂ ਬੇਨਤੀ ਕਰਾਂ, ਬਜ਼ੁਰਗ ਸਮਝ ਸਕਦੇ ਨੇ ਸ਼ਾਇਦ ਅੱਜ ਦਾ ਇੱਥੋਂ ਦੇ ਬੱਚਿਆਂ ਨੂੰ ਨਾ ਸਮਝ ਆਵੇ, ਉਹਨਾਂ ਜ਼ਮਾਨਿਆਂ 'ਚ ਆਹ ਚੀਜ਼ ਨਹੀਂ ਸੀ ਚੱਲਦੀ, ਮੈਂ ਆਹ ਕਰਾਂ ਅਤੇ ਮੈਨੂੰ ਕਿੰਨਾ ਮਿਲੇ। ਆਪਾਂ ਦੇਖਦੇ ਲੱਕੜੀ ਦੇ ਮਿਸਤਰੀ ਹੁੰਦੇ ਸੀ, ਲੱਕੜੀ ਤਰਾਸ਼ਣ ਕਰਕੇ ਉਹਨਾਂ ਨੂੰ ਤਰਖ ਆਣ ਕਹਿ ਦਿੰਦੇ ਸੀ। ਕੋਈ ਹੈਂਗਰ ਸਿਸਟਮ ਨਹੀਂ ਸੀ, ਘਰਾਂ 'ਚ ਕਿੱਲੇ ਚਾਹੀਦੇ ਹੁੰਦੇ ਅਤੇ ਬੱਚੇ ਨੂੰ ਭੇਜ ਦੇਣਾ, ਬੇਟਾ ਐਂ ਕਰ ਅੰਕਲ ਤੋਂ ਨਾ ਕਿੱਲੇ ਲੈ ਕੇ ਆ, ਅੰਕਲ ਅੰਕਲ ਪਾਪਾ ਨੇ ਨਾ ਕਿੱਲੇ ਮੰਗਾਏ ਆ, ਕਿੰਨੇ ਪੁੱਤ ਲੈ ਜਾ ਇੱਥੋਂ ਜਿੰਨੇ ਚਾਹੀਦੇ ਨੇ ਲੈ ਗਏ। ਕੋਈ ਕਹਿੰਦਾ ਜੀ ਮੇਰਾ ਹੱਲ ਟੁੱਟ ਗਿਆ, ਮੇਰਾ ਹੱਲ ਜਿਹੜਾ ਠੀਕ ਕਰਨਾ ਲੱਕੜੀ ਦਾ ਹੱਲ ਹੁੰਦਾ, ਉਹ ਕਹਿੰਦਾ ਵੀਰਾ ਰੱਖ ਦੇ ਘੰਟੇ ਕੁ ਬਾਅਦ ਲੈ ਜੀ, ਲੈ ਗਿਆ ਕਰਤਾ। 6 ਮਹੀਨਿਆਂ ਬਾਅਦ ਜਿਨ੍ਹਾਂ ਦੇ ਕਿੱਲੇ ਕਦੀ ਘੜਕੇ ਦਿੱਤੇ ਸੀ, ਜਿਨ੍ਹਾਂ ਦੇ ਹੱਲ ਠੀਕ ਕੀਤੇ ਸੀ, ਜਦੋਂ ਫਸਲ ਆਉਂਦੀ ਸੀ ਕਹਿੰਦੇ ਸੀ ਇੱਕ ਬੋਰੀ ਉਹਦੇ ਘਰ ਵੀ ਰੱਖਿਆ ਹੋਇਆ। ਉਹ ਹੈ ਆਹ ਸਿਸਟਮ ਚੱਲਦਾ ਸੀ, ਸਬਰ ਸੰਤੋਖ ਸੀ। ਉੱਤੇ $10 ਦਾ ਘਾਟਾ ਪੈ ਜਾਵੇ ਨਾ, $10 ਦਾ ਘਾਟਾ ਤਾਂ ਪਤਾ ਨਹੀਂ ਕਿੰਨਾ ਕਹਿੰਦੇ, ਜਿਹੜਾ ਅੰਦਰੋਂ ਆਨੰਦ ਖਰਾਬ ਕਰ ਲੈਂਦੇ ਉਹ ਕਰੋੜਾਂ ਕੀਮਤੀ ਅੰਦਰੋਂ ਆਨੰਦ ਖਰਾਬ ਕਰ ਲਈਦਾ। ਕਹਿਣ ਲੱਗੇ ਪਿਆਰਿਆ ਮੇਰੀ ਚੇਤਾ ਸ਼ਕਤੀ ਜਾਗੀ ਹੋਈ ਆ, ਉੱਠਦੇ ਹੀ ਧਿਆਨ ਆਉਂਦਾ ਸਾਰੇ ਰੱਬ ਦੇ ਬੰਦੇ ਨੇ ਅਤੇ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੇਰੀ ਸੇਵਾ ਹੈ। ਕਹਿੰਦੇ ਮੈਂ ਜਾਣਾ, ਜਦੋਂ ਮੇਰੇ ਸਾਹਮਣੇ ਕੱਪੜਾ ਆਉਂਦਾ ਹੈ ਅਤੇ ਮੈਂ ਕਹਿੰਦਾ ਹੇ ਵਾਹਿਗੁਰੂ ਤੂੰ ਧੰਨ ਹੈ ਬੰਦਿਆਂ ਵਿੱਚ ਅਤੇ ਤੂੰ ਬੈਠਾ ਹੀ ਹੈ, ਤੂੰ ਤਾਂ ਕੱਪੜੇ ਵਿੱਚ ਵੀ ਬੈਠਾ ਹੈ। ਕਹਿਣ ਲੱਗਾ ਪਿਆਰਿਆ ਮੈਂ ਜਿਹਦੇ ਕੋਲ ਕੱਪੜੇ ਲੈਣ ਜਾਂਦਾ ਉਹਦੇ ਅੱਗੇ ਸੀਸ ਝੁਕਾਉਂਦਾ ਅਤੇ ਕੱਪੜੇ ਲੈ ਕੇ ਮੈਂ ਮੱਥੇ 'ਤੇ ਲਾਉਂਦਾ, ਪਤਾ ਨਹੀਂ ਤੈਨੂੰ ਇਹ ਭਗਤੀ ਦਿਸੇ ਜਾਂ ਨਾ ਦਿਸੇ। ਅਤੇ ਜਦੋਂ ਮੈਂ ਕੱਪੜੇ ਧੋਣ ਜਾਂਦਾ ਤਾਂ ਮੈਂ ਤਾਂ ਕਹਿੰਦਾ ਵਾਹ ਪਰਮਾਤਮਾ ਤੂੰ ਪਾਣੀ ਵਿੱਚ ਵੀ ਆ ਗਿਆ, ਜੇ ਪਾਣੀ ਨਾ ਹੁੰਦਾ ਤਾਂ ਮੈਂ ਧੋਂਦਾ ਕਿਵੇਂ? ਕਹਿੰਦੇ ਫਿਰ ਪੁੱਛਦਾ ਤਰਲੋਚਨ ਜੀ
ਜਦੋਂ ਮੈਂ ਧੋਤੇ ਹੋਏ ਕੱਪੜੇ ਸੁੱਕਣੇ ਪਾਉਣਾ ਤੇ ਮੈਨੂੰ ਲੱਗਦਾ ਕਿ ਰੱਬ ਸੂਰਜ ਤੋਂ ਉਤਰ ਕੇ ਇਹਨਾਂ ਧੁੱਪ ਰਾਹੀਂ ਇੱਥੇ ਆਉਂਦਾ ਪਿਆ ਹੈ। ਦੁਨੀਆ ਕਹਿੰਦੀ ਭਗਤ ਨਾਮਦੇਵ ਕੱਪੜੇ ਧੋਂਦੇ ਨੇ, ਮੈਂ ਕਹਿੰਦਾ ਨਹੀਂ ਨਹੀਂ ਰੱਬ ਪਾਣੀ 'ਚ ਬੈਠਾ ਕੱਪੜੇ ਧੋ ਰਿਹਾ। ਦੁਨੀਆ ਕਹਿੰਦੀ ਭਗਤ ਨਾਮਦੇਵ ਕੱਪੜੇ ਬੜੇ ਸੋਹਣੇ ਸੁਕਾਉਂਦੇ ਨੇ, ਕਹਿਣ ਲੱਗੇ ਦੁਨੀਆ ਕੀ ਜਾਣੇ ਨਾਮਦੇਵ ਕੌਣ ਹੁੰਦੇ ਨੇ ਇਹ ਸੁਕਾਉਣ ਵਾਲੇ, ਕਹਿੰਦੇ ਇਹ ਤੇ ਰੱਬ ਆਪ ਸੂਰਜ ਰਾਹੀਂ ਧੁੱਪ ਬਣ ਕੇ ਸੁਕਾਉਂਦਾ ਹੈ। ਤੇ ਕਹਿੰਦੇ ਫਿਰ ਜਦੋਂ ਮੈਂ ਰੰਗਦਾ ਨਾ ਕੱਪੜੇ ਭਗਤ ਤਰਲੋਚਨ ਜੀ, ਮੈਂ ਹੈਰਾਨ ਹੋ ਜਾਂਦਾ, ਹੇ ਵਾਹਿਗੁਰੂ ਜੀ ਤੂੰ ਇੰਨੇ ਸੋਹਣੇ ਰੰਗ ਬਣਾਏ ਨੇ, ਤੇਰੇ ਪਿਆਰ ਦਾ ਰੰਗ ਕਿੰਨਾ ਕਮਾਲ ਦਾ ਹੋਵੇਗਾ। ਕਹਿੰਦੇ ਫਿਰ ਰੰਗੇ ਜਾਂਦੇ ਨੇ, ਤੇ ਜਦੋਂ ਕੱਪੜੇ ਰੰਗੇ ਜਾਂਦੇ ਨੇ ਸੁੱਕ ਜਾਂਦੇ ਨੇ ਤਹਿਆਂ ਮਾਰ ਲੈਂਦਾ ਤੇ ਮੈਂ ਕਹਿੰਦਾ ਹੇ ਪਰਮਾਤਮਾ ਇਹ ਤੇ ਸਾਰਾ ਤੇਰਾ ਹੀ ਖੇਲ ਸੀ, ਮੈਨੂੰ ਕਿਉਂ ਪਾਇਆ, ਮੈਂ ਆਪਣੀ ਜ਼ਿੰਮੇਵਾਰੀ ਵਾਪਸ ਕਰਾਂ। ਮੈਂ ਉਹਨੂੰ ਦੇਖ ਕੇ ਕਹਿੰਦਾ ਵੀਰਾ ਤੇਰਾ ਧੰਨਵਾਦ, ਤੂੰ ਮੈਨੂੰ ਇਹ ਸੇਵਾ ਬਖਸ਼ੀ। ਭਗਤ ਤਰਲੋਚਨ ਜੀ ਕਹਿਣ ਲੱਗਿਆ ਤੇ ਬੜੀ ਕਮਾਲ ਦੀ ਚੀਜ਼ ਹੈ, ਇੱਥੇ ਮੈਂ ਬੇਨਤੀ ਕਰਾਂ ਅਸੀਂ ਕੇਵਲ ਸਾਖੀਆਂ ਸੁਣਦੇ ਹਾਂ ਤੇ ਉਹਦੇ ਬਾਅਦ ਆਪ ਸਟੱਡੀ ਨਹੀਂ ਕਰਦੇ, ਤੇ ਬਹੁਤ ਸਾਰੀਆਂ ਸਾਖੀਆਂ ਸਾਨੂੰ ਉਦਾਸੀਨ ਸੋਚਦੀਆਂ ਸੁਣਾਈਆਂ ਜਾਂਦੀਆਂ ਲਿਖੀਆਂ ਗਈਆਂ ਨੇ ਤੇ ਅਸੀਂ ਉਹਦੇ ਚ ਉਲਝ ਜਾਂਦੇ ਹਾਂ। ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਅੰਦਰ ਸਾਈਕੋਲੋਜੀ ਕਰੀ ਜਾਈਏ। ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਮੇਰੇ ਕੋਲ ਮਿੰਟ ਰਹਿ ਗਏ ਨੇ ਗਿਣਤੀ ਦੇ, ਬਲਬਲੇ ਕਾਫੀ ਸੀ, ਮੈਂ ਸਮੇਟਣੇ ਚਾਹਾਂਗਾ। ਆਹ ਸੱਤ ਰਾਤਾਂ ਆ ਰਹੀਆਂ ਨੇ ਮੇਰੇ ਪਿਤਾ ਨੇ ਪਰਿਵਾਰ ਪਾਲਣ ਦੀਆਂ। ਅੱਜ ਸਰਸਾ ਨਦੀ ਛੁਕਦੀ ਪਈ ਆ, ਲੋਕ ਕਹਿੰਦੇ ਵਿਛੋੜਾ ਪਾਉਂਦੀ ਹੈ, ਇਤਿਹਾਸਕਾਰ ਕਹਿੰਦੇ ਨੇ ਸਰਸਾ ਨਦੀ ਨੇ ਵਿਛੋੜਾ ਪਾਇਆ। ਮੈਨੂੰ ਤੇ ਇੰਨਾ ਲੱਗਦਾ ਭਲੇਖਾ ਹੀ ਆ, ਕਿੱਥੇ ਵਿਛੋੜਾ ਪਾਇਆ, ਉਹ ਤੇ ਪਤਾ ਨਹੀਂ ਕਿਤਨੇ ਵਿਛੜਿਆਂ ਨੂੰ ਜੋੜਦੀ ਆ ਖੂਹ। ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਥੋੜ੍ਹਾ ਬਹੁਤ ਤੇ ਦੱਸਿਆ ਹੋਵੇਗਾ ਅੱਜ ਸਰਸਾ ਨਦੀ ਬਾਰੇ। ਕੁਛ ਤੇ ਗੱਲਾਂ ਕੀਤੀਆਂ ਹੋਣਗੀਆਂ ਚਮਕੌਰ ਸਾਹਿਬ ਦੀਆਂ, ਕੁਛ ਤੇ ਗੱਲਾਂ ਕੀਤੀਆਂ ਹੋਣਗੀਆਂ ਅਨੰਦਪੁਰ ਸਾਹਿਬ ਦੀਆਂ। ਕੋਈ ਨਹੀਂ, ਜੇ ਰਹਿ ਗਿਆ ਤੇ ਫਿਕਰ ਨਾ ਕਰਿਓ, ਆਹ ਸੱਤ ਦਿਨ ਉੱਪਰ ਕ੍ਰਿਸ਼ਮਾ ਵਾਪਰਨਾ ਹੈ, ਉਹਨਾਂ ਕਾਲੀਆਂ ਰਾਤਾਂ ਇਹਨਾਂ ਬੱਚਿਆਂ ਦੇ ਅੰਦਰ ਸਿਖਾਉਣਾ। ਬੇਟਾ ਸਿੱਖੀ ਕੋਈ ਇੱਦਾਂ ਨਹੀਂ ਹੈ ਕਿ ਅਪਣਾ ਲਈ ਰਹਿ ਗਈ ਤੇ ਰਹਿ ਗਈ, ਹੱਦ ਹੋ ਗਈ। ਗੁਰਬਾਣੀ ਕੋਈ ਐਸਾ ਵਿਸ਼ਾ ਨਹੀਂ ਹੈ ਜੇ ਪੜ੍ਹਦਿਆਂ ਰਹਿ ਗਿਆ ਤੇ ਰਹਿ ਗਿਆ। ਜਿਤਨੇ ਵੀ ਬੈਠੇ ਹਾਂ ਮੈਂ ਉਮੀਦ ਕਰਾਂ ਤੁਸੀਂ ਸਾਰੇ ਸਹਿਜ ਪਾਠ ਕਰਦੇ ਹੋਵੋਗੇ, ਬਹੁਤ ਸੌਖਾ ਹੈ, ਤੁਹਾਡਾ ਮੋਬਾਈਲ ਤੁਹਾਨੂੰ ਸਹਿਜ ਪਾਠ ਕਰਵਾ ਸਕਦਾ ਹੈ, ਤੁਹਾਡੀ ਆਈਪੈਡ, ਆਈਪੋਡ, ਲੈਪਟਾਪ ਤੁਹਾਨੂੰ ਸਹਿਜ ਪਾਠ ਕਰਵਾ ਸਕਦਾ ਹੈ। ਰਾਤੀ ਕਿਸੇ ਦੇ ਘਰ ਜਾਣ ਦਾ ਮੌਕਾ ਮਿਲਿਆ, ਉੱਥੇ ਸਹਿਜ ਪਾਠ ਸ਼ੁਰੂ ਹੋਇਆ, ਮੈਨੂੰ ਖੁਸ਼ੀ ਹੋਈ, ਸ਼ੁਕਰ ਆਪਣਾ ਸਫਲ ਹੋ ਗਿਆ। ਤੁਹਾਡੇ ਕੋਲ ਜਿਹੜੇ ਮੋਬਾਈਲ ਫੋਨ ਨੇ, ਚਾਹੇ ਉਹ ਵਿੰਡੋ ਓਪਰੇਟਿੰਗ ਸਿਸਟਮ ਹੈ, ਚਾਹੇ ਉਹ ਐਂਡਰਾਇਡ ਓਪਰੇਟਿੰਗ ਸਿਸਟਮ ਹੈ, ਚਾਹੇ ਉਹ ਐਪਲ ਓਪਰੇਟਿੰਗ ਸਿਸਟਮ ਹੈ, ਤਿੰਨ ਹੀ ਸਿਸਟਮ ਚੱਲ ਰਹੇ ਨੇ। ਏਕ ਤੋਂ ਹੀ ਐਪ ਬਿਲਕੁਲ ਫਰੀ ਹੈ, ਡਾਊਨਲੋਡ ਹੋ ਸਕਦੀ ਹੈ, ਵਿਦ ਇਨ 90 ਸੈਕਿੰਡਸ ਡਾਊਨਲੋਡ ਹੋ ਜਾਂਦੀ ਹੈ। ਉਹਨੂੰ ਕਲਿੱਕ ਕਰੋ, ਵੀਡੀਓ ਫਾਈਲਸ ਦੀਆਂ ਲਿਸਟ ਖੁੱਲ੍ਹ ਜਾਂਦੀ ਹੈ, ਵੀਡੀਓ ਫਾਈਲ ਕਲਿੱਕ ਕਰੋ ਅਤੇ 10 ਮਿੰਟ ਦੀ ਵੀਡੀਓ ਚੱਲਦੀ ਹੈ, ਇੱਕ ਇੱਕ ਅੱਖਰ ਸਿਲੈਕਟ ਹੋ ਰਿਹਾ ਔਰ ਸਹਿਜ ਪਾਠ ਕਰਨਾ 'ਚ ਪੈ ਰਿਹਾ। ਆ ਕੈਂਪ ਦੇ ਵਿੱਚੋਂ ਘੱਟੋ ਘੱਟ 50 ਬੱਚੇ ਜਿਹੜੇ ਨੇ ਸਹਿਜ ਪਾਠ ਕਰ ਰਹੇ ਨੇ। ਬੱਚੇ ਬਾਹਰ ਫਾਰਮ ਭਰਨ ਦੀ ਸੇਵਾ ਕਰ ਰਹੇ ਨੇ, ਮੈਂ ਤਾਂ ਕਹਿੰਦਾ ਇਹ ਮੇਰੇ ਖੰਭ ਨੇ ਔਰ ਇਹਨਾਂ ਆਸਰੇ ਆ ਸੇਵਾ ਅੱਜ ਬੋਲ ਰਹੇ ਹਨ। ਸਤਿਗੁਰੂ ਕਿਰਪਾ ਕਰਨ ਇਹਨਾਂ 'ਚੋਂ ਟੀਚਰ ਪੈਦਾ ਹੋਣ ਜਿਹੜੇ ਆਪ ਕੈਂਪ ਲਾਉਣ, ਇਹੋ ਹੀ ਉਹਨਾਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਨੂੰ ਔਰ ਸਰਹੰਦੀ ਦੀ ਵਾਰ ਨੂੰ ਨਮਸਕਾਰ ਹੋਏਗੀ। ਕੀ 10 ਮਿੰਟ ਵੀ ਆਪਣੇ ਗੁਰੂ ਸਾਹਿਬ ਦੇ ਨਾਲ ਸਪੈਂਡ ਨਹੀਂ ਕੀਤਾ ਜਾ ਸਕਦਾ? ਪੁੱਛੋ ਅੱਜ ਸਰਸਾ ਨਦੀ ਨੂੰ, ਲੋਕ ਕਹਿੰਦੇ ਵਿਛੋੜਾ ਪਾਉਂਦੀ ਹੈ, ਮੈਂ ਕਹਿੰਦਾ ਜੋੜਦੀ ਹੈ। ਕਿਸੇ ਦਾ ਬੇਟਾ, ਕਿਸੇ ਦੀ ਬੇਟੀ ਗੁਰਬਾਣੀ ਤੋਂ ਟੁੱਟੇ ਹੋਣ, ਸਿੱਖੀ ਤੋਂ ਟੁੱਟੇ ਹੋਣ, ਗੁਰਮਤ ਤੋਂ ਟੁੱਟੇ ਹੋਣ, ਅੱਜ ਉਹ ਸਰਸਾ ਨਦੀ ਦੀ ਸਾਖੀ ਸੁਣਾਓ, ਕੌਣ ਕਹਿੰਦਾ ਵਿਛੋੜਾ ਪਾਉਂਦੀ ਹੈ ਤੇ ਜੋੜਦੀ ਹੈ?
ਵਿਛੋੜਾ ਪਾ ਕੇ ਤਾਂ ਪਵਿੱਤਰ ਹੋਈ ਸੀ, ਆਖੋ ਵਾਹਿਗੁਰੂ ਵਿਛੋੜਾ ਪਾ ਕੇ ਤਾਂ ਪਵਿੱਤਰ ਹੋਈ ਸੀ, ਨਾਲੇ ਕਿਹਦੀ ਤਾਕਤ ਔਰ ਕਿਹਦੀ ਹਿੰਮਤ ਹੈ ਕਿ ਦਸ਼ਮੇਸ਼ ਪਿਤਾ ਦੇ ਪਰਿਵਾਰ ਨੂੰ ਕੋਈ ਵਿਛੋੜਾ ਪਾ ਦੇਵੇ। ਉਹ ਤੇ ਪਿਆਰੇ ਦਸਵੇਂ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਸਾਨੂੰ ਸਿਖਾ ਰਿਹਾ, ਵਿਛੋੜੇ ਦੀ ਪੀੜਾ ਵਿੱਚ ਜਿਉਣਾ ਕੀ ਹੁੰਦਾ ਹੈ, ਗੁਰੂ ਤੋਂ ਟੁੱਟ ਕੇ ਜਿਉਣਾ ਕੋਈ ਜਿਉਣਾ ਹੈ। ਸਰਸਾ ਨਦੀ ਤੇ ਜੋੜਦੀ ਹੈ, ਦਿੱਤੇ ਹੋਏ ਸਮੇਂ ਦੀ ਸਮਾਪਤੀ, ਇੱਕ ਮਿੰਟ ਰਹਿੰਦਾ ਉਹਦੇ ਚ ਮੈਂ ਬੇਨਤੀ ਕਰਦੀ, ਮੈਂ ਕੱਲ ਤੋਂ ਕੈਂਪ ਸ਼ੁਰੂ ਹੋ ਜਾਣਾ ਹੈ, ਅੱਜ ਲਾਸਟ ਡੇਟ ਹੈ ਉਹਦੇ ਫਾਰਮ ਐਡਮਿਟ ਕਰਵਾਉਣ ਦੀ, ਔਰ ਕੋਈ ਫੀਸ ਨਹੀਂ ਹੈ, ਸਿਰਫ ਐਡਮਿਸ਼ਨ ਫਾਰਮ ਭਰਨੇ ਨੇ। 7 ਸਾਲ ਜਾਂ ਇਸ ਤੋਂ ਉੱਪਰ ਦੇ ਬੱਚੇ ਉਸ ਕੈਂਪ ਵਿੱਚ ਹਿੱਸਾ ਲੈ ਸਕਦੇ ਨੇ। ਅਗਰ ਕੋਈ ਬੱਚਾ ਜਾਂ ਬੱਚੀ 7 ਸਾਲ ਤੋਂ ਛੋਟੀ ਉਮਰ ਦੇ ਨੇ ਔਰ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਕੋਈ ਸਿਆਣਾ ਬੰਦਾ ਨਾਲ ਬੈਠਾ ਹੋਣਾ ਚਾਹੀਦਾ। 150 ਫਾਰਮ ਸਾਡੇ ਕੋਲ ਫਿਲ ਹੋ ਕੇ ਆ ਗਿਆ ਹੈ, ਬਾਕੀ ਜਿਤਨੇ ਵੀ ਅੱਜ ਫਾਰਮ ਫਿਲ ਕਰਾਉਣਾ ਚਾਹੁੰਦੇ ਨੇ ਅੱਜ ਤੋਂ ਬਾਅਦ ਫਾਰਮ ਫਿਲ ਨਹੀਂ ਹੋ ਸਕੇਗਾ, ਔਰ ਜਿਨ੍ਹਾਂ ਦੇ ਫਾਰਮ ਐਡਮਿਟ ਨਹੀਂ ਹੋਏ ਉਹ ਬੱਚੇ ਕੈਂਪ ਵਿੱਚ ਹਿੱਸਾ ਨਹੀਂ ਲੈ ਸਕਣਗੇ, ਕਿਉਂਕਿ ਅੱਜ 25 ਵਾਲੰਟੀਅਰਸ ਜਿਹੜੇ ਸਾਡੇ ਪਿਛਲੇ ਕੈਂਪਾਂ ਦੇ ਵਿੱਚੋਂ ਨਿਕਲੇ ਨੇ ਉਹਨਾਂ ਨੇ ਸਾਰਾ ਅਰੇਂਜਮੈਂਟ ਕਰਨਾ ਹੈ। ਮਲਟੀਮੀਡੀਆ ਨਾਲ ਕੈਂਪ ਹੋਏਗਾ, ਇੱਕ ਇੱਕ ਬੁੱਕਲੈਟ ਕੱਲ੍ਹ ਨੂੰ ਦਿੱਤੀ ਜਾਏਗੀ, ਉਸ ਬੁੱਕਲੈਟ ਦੇ ਵਿੱਚ 150 ਓਬਜੈਕਟਿਵ ਟਾਈਪ ਕੁਐਸਚਨਸ ਨੇ ਰਿਲੇਟਡ ਟੂ ਸਿੱਖਿਜ਼ਮ, ਰਿਲੇਟਡ ਟੂ ਗੁਰਬਾਣੀ, ਰਿਲੇਟਡ ਟੂ ਗੁਰਮਤ, ਰਿਲੇਟਡ ਟੂ ਗੁਰੂ ਹਿਸਟਰੀ। ਰਿਟਨ ਟੈਸਟ ਹੋਏਗਾ, ਉਹਦੇ ਵਿੱਚੋਂ ਟੋਪ 15 ਲੜਕੀਆਂ, ਟੋਪ 15 ਲੜਕੇ ਸੈਮੀਫਾਈਨਲ ਵਿੱਚ ਐਂਟਰ ਹੋਣਗੇ, ਉਹ 30 ਦੇ 30 ਬੱਚੇ ਬੱਚੀਆਂ ਨੂੰ ਇਨਾਮ ਮਿਲੇਗਾ। ਸੈਮੀਫਾਈਨਲ ਦੇ ਵਿੱਚੋਂ ਕੇਵਲ 12 ਸਿਲੈਕਟ ਹੋਣਗੇ, 6 ਲੜਕੇ 6 ਲੜਕੀਆਂ, 6 ਟੀਮਾਂ ਹੋਣਗੀਆਂ, ਹਰ ਟੀਮ ਦੇ ਵਿੱਚ ਇੱਕ ਲੜਕਾ ਇੱਕ ਲੜਕੀ ਹੋਏਗੀ, ਔਰ 6 ਟੀਮਾਂ ਫਾਈਨਲ ਕੁਇਜ਼ ਕੰਟੈਸਟ ਖੇਲਣਗੀਆਂ, ਉਹਦੇ ਵਿੱਚੋਂ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ 6 ਇਨਾਮ ਬਾਹਰ ਲਿਸਟ ਲੱਗੀ ਹੋਈ ਹੈ। ਪਹਿਲੀ ਟੀਮ ਨੂੰ ਜਿਹੜਾ ਹੈ 2 ਲੈਪਟੋਪ, ਦੂਸਰੀ ਟੀਮ ਨੂੰ ਕੈਲੀਫੋਰਨੀਆ ਦੇ ਬਾਏਅਰ ਦੇ 2 ਟਿਕਟਸ, ਤੀਸਰੀ ਟੀਮ ਨੂੰ 2 ਆਈਪੈਡਸ, ਚੌਥੀ ਟੀਮ ਨੂੰ ਜਿਹੜਾ ਹੈ 2 ਆਈਪੋਡ, ਪੰਜਵੀਂ ਟੀਮ ਨੂੰ ਬੀਟਸ ਹੈੱਡਫੋਨ, ਔਰ 6ਵੀਂ ਟੀਮ ਨੂੰ ਜਿਹੜਾ ਹੈ 2 ਪ੍ਰਿੰਟਰ। ਉਸ ਤੋਂ ਬਾਅਦ ਜਿਹੜੇ 30 ਉਸ ਵਿੱਚ ਸੈਮੀਫਾਈਨਲ ਵਿੱਚ ਪਹੁੰਚਣਗੇ, ਟੋਪ 6 ਤੇ ਆਉਣ ਵਾਲਿਆਂ ਨੂੰ $15 ਦੇ ਗਿਫਟ ਕਾਰਡ, ਅਗਲੇ 6 ਨੂੰ ਜਿਹੜਾ $10 ਦੇ 6 ਕਾਰਡ, ਅਤੇ ਲਾਸਟ 6 ਨੂੰ ਜਿਹੜਾ ਹੈ $5 ਦੇ ਗਿਫਟ ਕਾਰਡ ਦਿੱਤੇ ਜਾਣਗੇ। ਇਹ ਤਾਂ ਸਿਰਫ ਭਗਤ ਫਰੀਦ ਜੀ ਦੀ ਮਾਂ ਦਾ ਸ਼ੱਕਰ ਵਾਲਾ ਛੰਨਾ ਹੈ, ਤਾਂ ਕਿ ਉਹ ਛੰਨਾ ਰੱਖ ਕੇ ਸ਼ੱਕਰ ਤੋਂ ਵੀ ਕਿਤੇ ਮਿਠਾਸ ਵਾਲੀ ਗੁਰਬਾਣੀ ਗੁਰਮਤ ਨਾਲ ਜੋੜਨ ਵਾਸਤੇ ਯਤਨ ਕੀਤਾ ਹੈ। ਮੇਰਾ ਸੀਸ ਝੁਕਦਾ ਉਹਨਾਂ ਪਰਿਵਾਰਾਂ ਦੇ ਚਰਨਾਂ 'ਤੇ ਜਿਨ੍ਹਾਂ ਨੇ ਬਹੁਤ ਉਤਸ਼ਾਹ ਦਿੱਤਾ ਔਰ ਬੜੇ ਪਿਆਰੇ ਸੇਵਾ ਕਰ ਰਹੇ ਨੇ, ਅਤੇ ਅੱਜ ਤੱਕ ਮੈਂ ਆਪਣੇ ਲਈ ਕੁਛ ਮੰਗਿਆ ਨਹੀਂ, ਅਤੇ ਜਿੰਨਾ ਚਿਰ ਅਰਥੀ 'ਤੇ ਚੜ੍ਹਨਾ ਅਰਦਾਸ ਕਰਿਓ ਕਦੀ ਮੰਗਾਂ ਨਾ, ਪਰ ਅੱਜ ਮੈਂ ਗੁਰੂ ਲਈ ਮੰਗਣਾ ਚਾਹਾਂਗਾ। ਗੁਰੂ ਪਿਆਰਿਓ, ਬੱਚਿਆਂ ਦੇ ਪੂਰੇ 12 ਦਿਨ ਜਿਹੜਾ ਹੈ ਉਹ ਉਹਨਾਂ ਦੇ ਲਈ ਰੋਜ਼ਾਨਾ ਖਾਣਾ ਸੋਚਿਆ ਪਸੰਦੀਦਾ, ਜਿਵੇਂ ਕਦੀ ਪੀਜ਼ਾ ਕਦੀ ਪਾਸਤਾ, ਹੋਰ ਸਾਰਾ ਉਹ ਮੈਨਿਊ ਬਣਿਆ ਹੋਇਆ। ਉਸ ਤੋਂ ਇਲਾਵਾ ਜਿਹੜੇ ਇਨਾਮ ਨੇ ਪਿਆਰਿਓ, ਤੁਸੀਂ ਜਥਾ ਸ਼ਕਤ ਜਿਤਨਾ ਹੋ ਸਕਿਆ, ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਨੂੰ ਮੈਂ ਸਪੈਸ਼ਲ ਬੇਨਤੀ ਕਰਾਂਗਾ, ਕੁਝ ਨਾ ਕੁਝ ਜ਼ਰੂਰ ਗੁਰੂ ਘਰ ਹਿੱਸਾ ਪਾਇਓ, ਔਰ ਮੈਨੂੰ ਜਾਂ ਕਿਸੇ ਦੂਜੇ ਤੀਜੇ ਨੂੰ ਦੇਣ ਦੀ ਬਜਾਏ ਸਿੱਧਾ ਉੱਥੇ ਰਸੀਦ ਕਟਵਾ ਦੇਣੀ। ਸਤਿਗੁਰੂ ਕਿਰਪਾ ਕਰਨ, ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰੀਏ, ਇਹਨਾਂ 'ਚੋਂ ਵਾਲੰਟੀਅਰ ਪੈਦਾ ਕਰਨ, ਔਰ ਬੜੀ ਅੱਜ ਲੋੜ ਮਹਿਸੂਸ ਹੋ ਰਹੀ ਹੈ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਦੀ, ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਫਿਰ ਆਉਣ ਵਾਲੇ ਸਮੇਂ 'ਚ ਵਿਚਾਰਾਂ ਸਾਡੀਆਂ ਆਉਂਦੀਆਂ ਰਹਿਣਗੀਆਂ। ਪੁੰਚੁਕ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਸਜੇ ਰਹੋ, ਫੂਡ ਬੈਂਕ ਦੇ ਨੁਮਾਇੰਦੇ ਆਏ ਹੋਏ ਨੇ, ਆਪਾਂ ਫੂਡ ਬੈਂਕ ਵਾਸਤੇ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਜੋ ਆਪਾਂ ਫੂਡ ਬੈਂਕ ਵਾਸਤੇ ਮਾਇਆ ਇਕੱਤਰ ਕਰਦੇ ਹਾਂ, ਉਹ ਚੈੱਕ ਅੱਜ ਜਿਹੜਾ ਆਪਾਂ ਉਹ ਭੇਟ ਕਰਨਾ ਫੂਡ ਬੈਂਕ ਵਾਲਿਆਂ ਨੂੰ। ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ। ਹਰ ਸਾਲ ਗੁਰੂ ਘਰ ਚਾਰੇ ਗੁਰੂ ਘਰ ਸੰਗਤਾਂ ਨੂੰ ਬੇਨਤੀ ਕਰਦੇ ਨੇ ਅਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸੰਗਤ ਵੱਡੀ ਤੌਰ 'ਤੇ ਹਿੱਸਾ ਲੈਂਦੀ ਹੈ ਇਸ ਜਿਹੜਾ ਆਪਾਂ ਮਾਇਆ ਇਕੱਤਰ ਕਰਦੇ ਹਾਂ ਉਹ ਪ੍ਰੋਗਰਾਮ ਦੇ ਵਿੱਚ। ਸੰਗਤਾਂ ਦਾ ਚਾਰੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਭਾਵੇਂ ਕਿਸੇ ਵੀ ਮੁਹਿੰਮ 'ਚ ਸਾਨੂੰ ਲੋੜ ਪਈ ਹੈ, ਸੰਗਤਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ।
ਅੱਜ ਇੱਕ ਜ਼ਰੂਰੀ ਬੇਨਤੀ ਹੈ। ਪਿਛਲੇ ਦਿਨੀ ਇੱਕ ਨੌਜਵਾਨ ਮੈਕਸ 'ਤੇ ਆਪਣੇ ਭਾਈਚਾਰੇ ਦਾ, ਭਾਵੇਂ ਦੂਜੇ ਨੌਜਵਾਨ ਦਾ ਹਾਲੇ ਨਾਂ ਨਹੀਂ ਅਨਾਊਂਸ ਹੋਇਆ, ਪਰ ਇੱਕ ਕਰਮਪਾਲ ਸਿੰਘ ਪੰਗੂ ਹੈ ਮੁੰਡਾ, 3 ਮਹੀਨੇ ਪਹਿਲਾਂ ਨੌਜਵਾਨ ਇੰਡੀਆ ਤੋਂ ਇੱਥੇ ਆਇਆ ਸੀ ਸੁਪਨੇ ਲੈ ਕੇ, ਆਪਣੀ ਵਾਈਫ ਅਤੇ 5 ਸਾਲ ਦੇ ਬੱਚੇ ਨਾਲ। ਮੈਕਸ 'ਤੇ ਲੁੱਟ ਦੀ ਵਾਰਦਾਤ ਵਿੱਚ ਉਹਦਾ ਕਤਲ ਹੋ ਗਿਆ। ਹਰ ਮਾਈ ਭਾਈ ਨੂੰ ਬੇਨਤੀ ਹੈ, ਜਿਸ 'ਤੇ ਪਹਿਲਾਂ ਤੁਸੀਂ ਸਾਡਾ ਹਰ ਸਾਡੀ ਬੇਨਤੀ ਸਵੀਕਾਰ ਕਰਦੇ ਰਹੇ ਹੋ, ਉਹਦੇ ਪਰਿਵਾਰ ਵਾਸਤੇ ਮਾਇਕ ਪੰਡ ਇਕੱਠਾ ਕਰ ਰਿਹਾ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਬੜੀ ਨਿਮਰਤਾ ਸਹਿਤ ਬੇਨਤੀ ਹੈ, ਜਿੱਥੇ ਹੋਰ ਤੁਸੀਂ ਇੰਨੀ ਡੋਨੇਸ਼ਨ ਕਰਦੇ ਹੋ, ਇੰਨੀਆਂ ਕਮਾਈਆਂ ਗੁਰੂ ਪਾਤਸ਼ਾਹ ਤੁਹਾਡੇ 'ਤੇ ਬਖਸ਼ਿਸ਼ ਕਰਦੇ ਨੇ, ਕਮਾਈਆਂ ਕਰਕੇ ਅੱਛੀ ਨੇਕ ਜਗ੍ਹਾ ਲਾਉਂਦੇ ਹੋ, ਉਹ ਪਰਿਵਾਰ ਦੀ ਮਦਦ ਕਰਨਾ ਆਪਣਾ ਨੈਤਿਕ ਅਤੇ ਮੁੱਢਲਾ ਫਰਜ਼ ਹੈ। ਗੁਰੂ ਦਾ ਸਿੱਖ ਤਾਂ ਹਮੇਸ਼ਾ ਹੀ ਇਹੋ ਜਿਹੇ ਸਮੇਂ ਵੱਧ ਚੜ੍ਹ ਕੇ ਖੜ੍ਹਦਾ ਰਿਹਾ। ਮੇਰੀ ਤੁਹਾਨੂੰ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਹੈ, ਬਾਹਰ ਸੇਵਾਦਾਰ ਮਾਇਆ ਇਕੱਠੀ ਕਰ ਰਹੇ ਨੇ, ਉੱਥੇ ਮਾਇਆ ਜ਼ਰੂਰ ਉਹ ਪਰਿਵਾਰ ਵਾਸਤੇ, ਤਾਂ ਕਿ ਉਹ ਮੇਰੀ ਸਤਿਕਾਰਯੋਗ ਭੈਣ ਅਤੇ ਛੋਟੇ ਜਿਹੇ ਬੱਚੇ ਦੀ ਮਦਦ ਕੀਤੀ ਜਾ ਸਕੇ। ਤੁਹਾਨੂੰ ਫਿਰ ਬੇਨਤੀ ਹੈ ਕਿ ਉੱਥੇ ਮਾਇਆ ਇਕੱਤਰ ਹੋ ਰਹੀ ਹੈ, ਮਾਇਆ ਜਮ੍ਹਾਂ ਕਰਾਓ।